ਹਾਂਜੀ ਬਬਾ ਕਰਦੇ ਆ ਸਵਾਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਸਿਲਮਹਿਕਮੇ ਉੱਤੇ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਹਾਲਤ ਕਰਦੇ ਹੋ ਸੈੱਟ ਤਾਂ ਕਿ ਨਮਤ ਨੇ ਵੀਡੀਓਸ ਨੂੰ ਸਭ ਤੋਂ ਪਹਿਲਾਂ ਚੈਨਲ ਤੇ ਮਿਲਦੀ ਰਹੇ ਨਾ ਤੇ ਅੱਜ ਆਪਾਂ ਸੇਲ ਵਾਸਤੇ ਕਾਫੀ ਟਰੈਕਟਰ ਲੈ ਕੇ ਆਏ ਆਂ ਤੇ ਸਭ ਤੋਂ ਪਹਿਲਾਂ ਸਾਡਾ ਹਰਪ੍ਰਿੰਟ ਨੰਬਰ ਕਰੋ ਨੋਟ ਇਸ ਤੇ 5 ਤੋਂ 6 ਫੋਟੋਆਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਚਾਹਦੀ ਆ ਲਵਾ ਸਕਦੇ ਹੋ ਚੈਨਲ ਤੇ ਤੇ ਚਲੋ ਗਿਆ ਪਗੜ ਕਰਦੇ ਆ ਸੋਨਾਲੀਕਾ 60 DIRX ਦੀ ਜਿਸਦਾ ਜੋ ਮਾਡਲ ਹੈ 2019 ਮੋਲਾ ਟਰੈਕਟਰ ਦਾ ਜੇ ਆਪੇ ਟੈਨ ਦੀ ਆ ਕਰੀਏ 90% ਦੇ ਟਾਇਰ ਪਾਉਣੇ ਨਾਲ ਦੇ ਟਾਇਰ ਨੇ ਕੁੱਲ 800 ਘੰਟੇ ਟਰੈਕਟਰ ਚੱਲਿਆ ਹੋਇਆ ਪੰਜਾਬ ਨੰਬਰ ਹੈ ਫਰਸਟ ਪਾਰਟੀ ਨਾ ਮੈਂ ਡਬਲ ਡਿਸਟ੍ਰੀਬਿਊਟਰ ਲਗਾ ਟਰੈਕਟਰ ਦੇ ਫਾਈਬਰ ਹੁੱਡ ਨਾਲ ਆ ਟਰੈਕਟਰ ਦੇ ਤੇ ਬਾਡੀ ਚਾਚ ਦਰ ਮਗਰਾਟਾ ਰੰਗ ਸਾ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਟ ਨਹੀਂ ਹੋਇਆ ਹੋਇਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋ ਲੋਕਿਆ ਕੋਈ ਕੰਪੇਸ਼ਨ ਕੋਈ ਪਾਰਟ ਅਚ ਨਹੀਂ ਹੋ ਕਰਪੀਰ ਨੇ ਪਾਲ ਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਚ ਹੈ ਟਰਪਿਆ ਹੈ ਤੇ ਜਿਹੜਾ ਇਹ ਵੀ ਭਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾ ਕੀ ਚਲਾ ਕੇ ਟ ਹੈ ਡਰਾਈਵ ਕਰਕੇ ਟਰੈਕਟਰ ਖੀਸਾ ਦੇ ਉਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 5,72,000 ਰੁਪਏ ਜੋ ਕਿ ਮੌਕੇ ਦੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੈਟਰ ਖੀਸਾ ਸਕਦੇ ਹੋ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਮੂਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਆਂ ਫਾਰਮ ਟਰੈਕ 65 EPI ਦੀ ਜਿਸ ਤਰ੍ਹਾਂ ਉਹ ਮਾਡਲ ਹੈ 2010 ਦਾ ਟਰੈਕਟਰ ਦਾ ਜੇ ਆਪੇ ਦੇ ਟੈਂਡੀਆਂ ਕਰੀਏ ਵਧੀਆ ਕੰਡੀਸ਼ਨ ਦੇ ਵਿੱਚ ਹੈ ਇਹਦੇ ਟਾਇਰ ਪੈਣੇ ਬਾਡੀ ਚਾਸਿਸ ਦਰਾਂ ਬਗਰਾਟਾਂ ਅਨਸਾਰ ਨਾਲ ਦਾ ਕਿਤੇ ਵੀ ਦੁਆਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਹੈਵੀ ਬੰਪਰ ਨਾਲਾ ਟਰੈਕਟਰ ਦੇ ਤੇ ਫਾਈਬਰ ਹੁੱਡ ਮੂਵ ਸਿਸਟਮ ਬਾਰੇ ਮਾਲਕਾਂ ਕੋਲ ਕੰਫਰਮ ਕਰ ਸਕਦੇ ਹਾਂ ਇੰਜਨ ਗੇਅਰ ਲਿਫਟ ਪੰਪ ਦਾ ਫੁੱਲ ਓਕੇ ਹੈ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੀ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 3,40,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਾਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੈਟਰ ਖੀਸਾ ਦਿਓ ਤੇ ਮਾਲਕ ਵੀਰ ਹੁਣੀ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਾ ਦਿਓ ਤੇ ਏਰੀਆ ਹੈਗਾ ਮਾਲਕ ਵੀਰ ਹੁਣੀਆ ਦਾ ਤਰਨਤਾਰ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਵਰਾਜ 855 ਐਫ ਇਹ ਦੀ ਜਿਸ ਤਰ੍ਹਾਂ ਮਾਡਲ ਹੈ 2013 ਮਾਹ ਲੜ ਰੈਟਰ ਦਾ ਜੇ ਆਪੇ ਦੇ ਟਾਈਮ ਦੀ ਆ ਕਰੀਏ 8085 ਪਰ ਰਿਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚੈਸਿਸ ਦਾ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਅਗਲੇ ਟਾਇਰ ਤੇ ਮਗਰਾਟ ਲੱਗੇ ਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕੇ ਕੰਬਸ਼ਨ ਕੋਈ ਪਾਰਟਸ ਨਹੀਂ ਹੋਕਰ ਰਿਪੇਅਰ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਚੈਟਰ ਰਪਿਆ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 4,55,000 ਰੁਪਏ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੂਹ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕੀ ਸਾਹ ਦੇ ਉਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਧੀ ਹੈਗੇ ਮਾਲਕ ਵੀਰ ਹੁਣੀਆਂ ਦਾ ਬਠਿੰਡਾ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮਹਿੰਦਰਾ ਅਰਜਨ 555 DI ਦੀ ਜਿਸ ਤਰ੍ਹਾਂ ਜੋ ਮਾਡਲ ਹੈ 2016 ਮੋਹਲਾ ਟਰੈਕਟਰ ਦਾ ਪੰਜਾਬ ਨੰਬਰ ਆ ਟਰੈਕਟਰ ਤੇ ਕੁੱਲ 1700 ਘੰਟੇ ਟਰੈਕਟਰ ਚਲਿਆ ਹੋਇਆ ਹੈ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕੇ ਹੈ ਕੋਈ ਕੰਬੀਸ਼ਨ ਕੋਈ ਪਾਰਟਸ ਜੈ ਨਹੀਂ ਹੋਇਆ ਕਰਪਿਆ ਨੀਪਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਐਟਰਪਿਆ ਹੈ 75 80% ਦੇ ਟਾਇਰ ਪੈਣੇ ਨਾਲ ਦੇ ਟਾਇਰ ਨੇ ਹੈਵੀ ਬੰਪਰ ਨਾਲ ਟਰੈਕਟਰ ਦੇ ਬਾਡੀ ਚਾਸ ਦਰਮ ਗਰਾਟਾ ਰੰਗਸ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਭਟ ਨਹੀਂ ਹੋਇਆ ਹੋਇਆ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕੇ ਹੈ ਕੋਈ ਕੰਬੀਸ਼ਨ ਕੋਈ ਪਾਰਟਸ ਜੈ ਨਹੀਂ ਹੋਇਆ ਕਰਪਿਆ ਨੀਪਾਲ ਦਾ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕਵੀਰ ਹੁਣਿਆ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 4,60,000 ਰੁਪਏ ਜੁਕੀ ਮੌਕੇ ਦੇ ਥੋੜਾ ਬਾਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਮਾਲਕਵੀਰ ਹੁਣਿਆ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਟਰੈਕਟਰ ਬਾਰੇ ਪਾਵਰ ਸਟੇਜਿੰਗ ਟਰੈਕਟਰ ਤੇ ਈ ਹੈਗੇ ਮਾਲਕ ਵੀਰ ਹੁਣੀ ਦਾ ਸਮਰਾਲਾ ਤੇ ਅੱਗੇ ਆਪਾਂ ਗੱਲ ਕਰਦੇ ਆਂ ਸੋਨਾਲੀਕਾ 750 DI ਦੀ ਜਿਸ ਦਾ ਜੋ ਮਾਡਲ ਹੈ 2014 ਮਾਹੌਲਾ ਟਰੈਕਟਰ ਦਾ ਜੇ ਆਪੇ ਦੇ ਟੈਂਡੀਆਂ ਕਰੀਏ 95 ਪੈਸੇ ਦੇ ਟਾਇਰ ਪੈਣੇ ਫਰਸਟ ਪਾਰਟੀ ਨਾਮਾ ਟਰੈਕਟਰ ਐਚ ਆਰ ਨੰਬਰ ਹੈ ਹੈਵੀ ਬੰਪਰ ਨਾਲ ਹੈ ਬਾਡੀ ਚਾਹ ਜਿਹਦਰਾ ਮਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੋਕ ਹੈ ਕੋਈ ਕੰਬਿਸ਼ਨ ਕੋਈ ਪਾਰਟਸ ਚੇਨ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਐਟਰ ਰਿਆ ਤੇ ਜਿਹੜਾ ਇਹ ਵੀਪਰ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 3,70,000 ਰੁਪਏ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੋਨਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਦੂਸਰੇ ਟਰੈਕੀਸਾ ਦੇ ਉਤੇ ਮਾਲਕ ਵੀ ਰੂਹੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਇਹ ਰੀਆ ਵੀ ਕੰਫਰਮ ਕਰ ਸਕਦੇ ਹਾਂ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਿਊ ਹੋਲੈਂਡ 3730 ਦੀ ਜਿਸ ਤਰ੍ਹਾਂ ਜੋ ਮਾਡਲ ਹੈ 2009 ਮਾਹ ਲਟ੍ਰੈਕਟਰ ਦਾ ਜੇ ਆਪ ਇਹਦੇ ਟੈਂਡੀਆਂ ਕਰੀਏ ਬਿਲਕੁਲ ਨਿਊ ਟਰੈਡ ਦੇ ਟਾਇਰ ਪਏ ਨੇ ਬੀਕੇਡੀ ਕੰਪਨੀ ਦੇ ਚਾਰੋਂ ਟਾਇਰ ਨੇ ਹੈਵੀ ਬੰਪਰ ਨਾਲ ਟਰੈਕਟਰ ਦੇ ਫਾਈਬਰ ਹੁੱਡ ਤੇ ਮੂਰੀ ਸਿਸਟਮ ਬਾਰੇ ਮਾਲਕਾਂ ਨੂੰ ਕੰਫਰਮ ਕਰ ਸਕਦੇ ਹਾਂ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕ ਹੈ ਕੋਈ ਕੰਪ੍ਰੇਸ਼ਨ ਕੋਈ ਪਾਰਟਸ ਚੈਨ ਨਹੀਂ ਹੋਇਆ ਕਰਪੇਅਰ ਨਹੀਂ ਭਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਚੈਟਰ ਪਿਆ ਪੰਜਾਬ ਨੰਬਰ ਹੈ ਬਠਿੰਡਾ ਏਰੀਆ ਮਾਲਕ ਵੀਰ ਹੁਨੀਆ ਦਾ ਸੀਰੀ ਸਪੀਡ ਦਾ ਟਰੈਕਟਰ ਡਬਲ ਡਿਸਟਰੀਬਿਊਟਰ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹ ਡਰਾਈਵ ਕਰਕੇ ਟਰੈਕਟਰ ਖੀਸਾ ਆਦੇ ਬਾਡੀ ਚਸ ਦੇ ਰੰਗ ਸਾਰਾ ਨਾਲ ਦਾ ਹੈ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 4,80,000 ਰੁਪਏ ਜੋ ਕਿ ਮੌਕੇ ਦੇ ਥੋੜਾ ਬਾਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇ ਉਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਬਾਬਾ ਕਰਦੇ ਆ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟੇ ਕਰਦੇ ਹੋ ਸੈੱਟ ਤਾਂ ਕਿ ਨਮਤ ਨੇ ਵੀਡੀਓਸ ਨੂੰ ਚੱਤ ਬੰਦ ਜਾਂਦੇ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ